ਇੱਕ ਵਾਰ ਤਾੜੀਆਂ ਹੋ ਜਾਣੀਆਂ ਬਾਈ, ਤਾੜੀਆਂ ਹੋ ਜਾਣ ਤੇਜ਼ ਪਾਜੀ, ਜਿੰਨਾ ਕਰਕੇ ਸਾਰਾ ਕੁਝ ਮਹਿਫਿਲ ਤਾਂ ਕੱਲ ਨੂੰ ਲੱਗਣੀ ਆ, ਅੱਜ ਆਪਾਂ ਲਾ ਲੈਂਦੇ ਹਾਂ ਸਾਰੇ ਮਿਲ ਕੇ। ਸੋ ਮਾਹੀ ਦੀ ਮਹਿਫਿਲ ਸ਼ੋਅ ਦਾ ਨਾਮ ਵੀ ਬਹੁਤ ਘੈਂਟ ਲੱਗ ਰਿਹਾ, ਔਰ ਸ਼ਾਇਰੀ ਦਾ ਅੰਦਾਜ਼ ਤੁਹਾਡਾ ਉਹ ਸਾਰਿਆਂ ਨੂੰ ਪਤਾ ਹੀ ਆ, ਸਾਰੇ ਸ਼ਾਇਰੀ ਤੁਹਾਡੇ ਲਈ ਬਹੁਤ ਵੇਟ ਕਰਦੇ ਆ ਕਿ ਮਾਹੀ ਦੀ ਸ਼ਾਇਰੀ ਆਊਗੀ। ਸੋ ਇਹ ਉਹ ਸ਼ਾਇਰੀਆਂ ਤੋਂ ਬਾਅਦ ਮਾਹੀ ਦੇ ਦਿਮਾਗ 'ਚ ਆਇਆ ਕਿ ਮੈਂ ਮਹਿਫਿਲ ਲਾ ਕੇ ਇੰਟਰਵਿਊ ਦੀ ਤਰ੍ਹਾਂ ਤੇ ਸਾਰਿਆਂ ਨੂੰ ਆਪਣੀ ਸ਼ਾਇਰੀ ਸੁਣਾਵਾਂ, ਜਾਂ ਕਿਵੇਂ ਦਿਮਾਗ 'ਚ ਆਈ ਚੀਜ਼ਾਂ? ਮੈਨੂੰ ਵਧੀਆ ਲੱਗਦੇ ਸੈਡ ਸੌਂਗ ਸੁਣਨੇ, ਭਾਵੇਂ ਮੈਂ ਖੁਸ਼ ਵੀ ਹਾਂ ਤਾਂ ਮੈਂ ਸੈਡ ਸੌਂਗ ਹੀ ਸੁਣਦੀ ਹਾਂ, ਏਦਾਂ ਵੀ ਕੋਈ ਚੱਕਰ ਨਹੀਂ ਵੀ ਦਿਲ ਦਿਲ ਟੁੱਟਿਆ ਹੋਇਆ। ਤੇ ਏਦਾਂ ਇੱਕ ਸੀਗਾ ਕਿ ਯਾਰ ਮੈਂ ਉਹਨਾਂ ਸਾਰਿਆਂ ਨੂੰ ਇੱਕ ਵਾਰ ਮਿਲਣਾ ਤੇ ਮੈਂ ਪੁੱਛਣਾ ਵੀ ਉਹਨਾਂ ਦੇ ਸਮੇਂ 'ਚ ਅਤੇ ਅੱਜ ਦੇ ਸਮੇਂ 'ਚ ਕੀ ਬਦਲਾਵ ਹੈ। ਅਤੇ ਵੈਸੇ ਤੁਸੀਂ ਵੀ ਇੰਟਰਵਿਊ ਕਰਦੇ ਹੋ, ਤੁਸੀਂ ਕਦੇ ਨਹੀਂ ਪੁਰਾਣੇ ਕਿਸੇ ਕਲਾਕਾਰ ਦਾ ਇੰਟਰਵਿਊ ਕੀਤਾ? ਏਦਾਂ ਨਹੀਂ ਕੀਤਾ, ਉਹ ਤਾਂ ਕੀਤਾ ਜਿਹੜਾ ਟ੍ਰੈਂਡਿੰਗ 'ਚ ਆ ਗਿਆ। ਹਾਂ ਏਦਾਂ ਤਾਂ ਨਹੀਂ ਕੀਤਾ ਵੀ ਯਾਰ ਉਹਨਾਂ ਦੇ ਗਾਣੇ ਬਹੁਤ ਸੋਹਣੇ ਸੀ ਤਾਂ ਉਹਨਾਂ ਨੂੰ ਬੁਲਾਇਆ ਜਾਏ, ਏਦਾਂ ਨਹੀਂ ਕੀਤਾ ਨਾ। ਅਤੇ ਮੈਨੂੰ ਏਦਾਂ ਸੀ ਕਿ ਤੁਸੀਂ ਸਾਰੇ ਤਾਂ ਚਲੋ ਬੈਠੇ ਹੋ ਫਿਰ ਅੱਜ ਦੇ ਦੌਰ ਦੇ ਕਰਨ ਵਾਲੇ, ਅਤੇ ਮੈਂ ਕਿਹਾ ਏਦਾਂ ਦਾ ਮੈਂ ਕੁਛ ਕਰਾਂ, ਅਤੇ ਨਹੀਂ ਤਾਂ ਮੈਨੂੰ ਕੀ ਲੋੜ ਹੈ ਨਾ ਐਂਕਰ ਬਣਨ ਦੀ ਜਾਂ ਉੱਦਾਂ ਵੀ ਨੋਰਮਲ ਅੱਜ ਦੇ ਕਲਾਕਾਰਾਂ ਦੀ ਇੰਟਰਵਿਊ ਕਰਨ ਦੀ ਮੈਨੂੰ ਕੀ ਜ਼ਰੂਰਤ ਹੈ? ਤੁਸੀਂ ਹੈਗੇ ਹੋ, ਵਧੀਆ ਜੋਬ ਕਰਦੇ ਹੋ,
ਤੇ ਬਸ ਮੇਰਾ ਇਹੀ ਮੋਟਿਵ ਸੀ ਕਿ ਮੈਂ ਉਹਨਾਂ ਨਾਲ ਬੈਠ ਕੇ ਇੱਕ ਵਾਰ ਦੇਖਾਂ ਵੀ ਉਹ ਕਿਵੇਂ ਦੇ ਨੇ ਜਾਂ ਅੱਜ ਕੀ ਕਰਦੇ ਆ, ਅੱਜ ਕੀ ਸੋਚਦੇ ਆ, ਪਹਿਲਾਂ ਕੀ ਕਰਦੇ ਸੀ, ਕਿੱਦਾਂ ਸਿੱਖਿਆ, ਰਹਿੰਦੇ ਕਿਵੇਂ ਨੇ, ਬਸ ਇੰਨੇ ਕੁ ਜਿੰਨੇ ਸ਼ੌਂਕ ਨੇ ਅਸੀਂ ਮਨ ਵਿੱਚ ਮਹਿਮਤ ਲਾ ਲਈ ਮਾਹੀ ਜੀ ਦੇ ਦਿਮਾਗ ਦੇ ਵਿੱਚ ਉਹ ਸ਼ੋਅ ਸੀਗਾ ਹੈ ਨਾ, ਅਤੇ ਮਾਹੀ ਭਾਅ ਜੀ ਕਹਿੰਦੇ ਕਿ ਸੁਰਿੰਦਰ ਆਪਾਂ ਨਾ ਕਰਨਾ ਹੈ, ਮੈਂ ਕਿਹਾ ਭਾਅ ਜੀ ਇਹ ਨਾ ਬੜਾ ਟੱਫ ਕੰਮ ਹੈ, ਹੁਣ ਜਿੰਨਾ ਮਾਹੀ ਜੀ ਨੇ ਉਹਨਾਂ ਸਿੰਗਰਾਂ ਨੂੰ ਸੁਣਿਆ ਹੋਇਆ ਜਾਂ ਡੇਲੀ ਸੁਣਦੇ ਉਹਨਾਂ ਦੇ ਗਾਣੇ ਇੰਟਰਵਿਊ, ਅਤੇ ਮੈਂ ਜ਼ਿਆਦਾ ਨਹੀਂ ਸੁਣਿਆ ਹੋਇਆ ਹੈ ਨਾ, ਆਪਾਂ ਮਤਲਬ ਕਈ ਵਾਰੀ ਟਾਈਮ ਨਹੀਂ ਲੱਗਦਾ, ਅਤੇ ਮੈਂ ਕਿਹਾ ਮਾਹੀ ਜੀ ਮੇਰੇ ਨਾਲ ਬੈਠਣਗੇ ਸਕ੍ਰਿਪਟ 'ਤੇ ਅਤੇ ਮੈਂ ਤਾਂ ਕਰੂੰਗਾ, ਅਦਰਵਾਈਜ਼ ਨਹੀਂ, ਕਿਉਂਕਿ ਹੈ ਨਾ ਇਹਨਾਂ ਦੇ ਦਿਮਾਗ 'ਚ ਸੀਗਾ ਸਾਰਾ ਕੋਨਸੈਪਟ, ਇਹਨਾਂ ਨੇ ਸੋਚਿਆ ਹੋਇਆ ਸੀ ਕਿ ਇੱਦਾਂ ਦੇ ਸਵਾਲ ਹੋਣਗੇ, ਥੀਮ ਵੀ ਕਿੰਨਾ ਵਧੀਆ, ਤੁਸੀਂ ਜੇ ਸੈੱਟ ਦੇਖੋ ਤਾਂ ਕਿੰਨਾ ਸੋਹਣਾ ਹੈ ਨਾ, ਉਹ ਸਾਰਾ ਕੁਛ ਇਹਨਾਂ ਨੇ ਸੋਚਿਆ ਹੋਇਆ ਸੀ, ਲੱਕੀ ਭਾਅ ਜੀ ਨੇ ਜਾਂ ਮਾਹੀ ਜੀ ਨੇ, ਅਤੇ ਮੈਂ ਸਿਰਫ ਆ ਕੇ ਥੋੜ੍ਹਾ ਬਹੁਤਾ ਹੈ ਨਾ ਦੱਸਦਾ ਸੀ, ਬਾਕੀ ਸਟਾਈਲ ਵੀ ਇਹਨਾਂ ਦਾ ਹੈ ਨਾ, ਗੱਲਾਂ ਵੀ ਇਹਨਾਂ ਦੀਆਂ, ਅਤੇ ਬਸ ਥੋੜ੍ਹਾ ਬਹੁਤਾ ਸੁਰਖੀ ਬਿੰਦੀ ਵੀ ਲਾਈ ਆ ਮੈਂ, ਬਾਕੀ ਸਾਰਾ ਕੁਛ ਇਹਨਾਂ ਦਾ ਕਿਉਂਕਿ ਮੈਨੂੰ ਇੱਦਾਂ ਲੱਗਦਾ ਵਾ ਜੋ ਤੁਸੀਂ ਵੀ ਐਂਕਰਿੰਗ ਕਰਦੇ ਹੋ ਤੇ ਤੁਹਾਨੂੰ ਕੁਛ ਲਿਖ ਕੇ ਕੋਈ ਦੇ ਨਹੀਂ ਸਕਦਾ ਹੈ ਨਾ, ਕਿਉਂਕਿ ਤੁਹਾਡਾ ਆਪਣਾ ਇੱਕ ਸਟਾਈਲ ਹੈ, ਤੁਸੀਂ ਆਪਣੇ ਸਟਾਈਲ ਨਾਲ ਕਰਦੇ ਹੋ ਭਾਜੀ, ਆਪਣੇ ਸਟਾਈਲ ਨਾਲ, ਮਾਹੀ ਜੀ ਦਾ ਆਪਣਾ ਸਟਾਈਲ ਆ, ਉਹ ਮੈਂ ਨਹੀਂ ਦੱਸ ਸਕਦਾ, ਮੈਂ ਤਾਂ ਗੱਲ ਦੱਸ ਸਕਦਾ, ਸਟਾਈਲ ਤਾਂ ਇਹਨਾਂ ਦਾ ਹੀ ਹੈ ਤੇ ਲੋਕਾਂ ਨੇ ਇਹਨਾਂ ਨੇ ਦੇਖਣਾ ਹੈ ਨਾ, ਤੇ ਇਹੀ ਸੀਗਾ ਬਸ। ਸੋ ਮਾਹੀ ਜੀ ਕਿਹੜੀਆਂ ਗੱਲਾਂ ਪਤਾ ਚੱਲੀਆਂ ਫਿਰ, ਕਿਹੜੀ ਹੋਰ ਨਵੀਂ ਚੀਜ਼ਾਂ ਸਿੱਖੀਆਂ ਪੁਰਾਣੇ ਆਰਟਿਸਟ ਨਾਲ ਬੈਠ ਕੇ ਜਦੋਂ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ? ਉਹਨਾਂ ਨਾਲ
ਵੈਸੇ ਅਸੀਂ ਜ਼ਿਆਦਾ ਸ਼ੂਟ ਨਹੀਂ ਕੀਤੇ, 7-8 ਐਪੀਸੋਡ ਹੀ ਸ਼ੂਟ ਕੀਤੇ ਹੈ, ਅਤੇ ਮੈਂ ਸਾਰੇ ਜਿੰਨਿਆਂ ਨਾਲ ਵੀ ਸ਼ੂਟ ਕੀਤਾ ਉਹਨਾਂ ਸਭ 'ਚ ਇੱਕ ਗੱਲ ਕੋਮਨ ਸੀ, ਉਹ ਇੱਦਾਂ ਹੀ ਕਹਿੰਦੇ ਸੀ, ਕਹਿੰਦੇ ਅਸੀਂ ਹਮੇਸ਼ਾ ਸਿੱਖਣਾ ਚਾਹੁੰਦੇ ਹਾਂ, ਅਤੇ ਕਹਿੰਦੇ ਕਿ ਮਾਹੀ ਕੀ ਪਤਾ ਮੈਂ ਤੇਰੇ ਕੋਲੋਂ ਕੁਛ ਸਿੱਖ ਕੇ ਚਲੇ ਜਾਵਾਂ। ਸਭ ਦਾ ਇਹੀ, ਮੈਂ ਜਿੰਨਾ ਵੀ ਓਬਜ਼ਰਵ ਕੀਤਾ ਮੋਸਟਲੀ ਹਰੇਕ ਦਾ ਇਹੀ ਜਵਾਬ ਸੀ ਕਿ ਮੈਂ ਹਮੇਸ਼ਾ ਵਿਦਿਆਰਥੀ ਬਣ ਕੇ ਰਹਿਣਾ ਚਾਹੁੰਦਾ, ਇੱਦਾਂ ਦੀਆਂ ਗੱਲਾਂ ਸੀ। ਔਰ ਤੁਸੀਂ ਦੇਖੋਗੇ ਆਪਾਂ ਇੱਦਾਂ ਕੁਛ ਨਹੀਂ, ਮੈਨੂੰ ਮੈਂ ਤਾਂ ਆਪ ਆਰਟਿਸਟ ਹਾਂ, ਹੈ ਨਾ, ਮੈਂ ਉਹਨਾਂ ਦੇ ਕੰਮ ਤੋਂ ਗੱਲਾਂ ਲੈ ਕੇ ਕੀ ਕਰਨੀ ਆ, ਵੀ ਕੰਮ ਤਾਂ ਸਭ ਨੇ ਦੇਖਿਆ, ਉਹ ਕੀ ਫੀਲ ਕਰਦੇ ਨੇ ਜਾਂ ਕਿਵੇਂ ਰਹਿੰਦੇ ਸੀਗੇ ਉਹ ਟਾਈਮ 'ਚ ਜਦੋਂ ਸੋਸ਼ਲ ਮੀਡੀਆ ਨਹੀਂ ਸੀ, ਉਦੋਂ ਕਿੱਦਾਂ ਸਰਵਾਈਵ ਕਰਦੇ ਸੀ। ਅੱਜ ਤਾਂ ਸੋਸ਼ਲ ਮੀਡੀਆ ਹੋ ਕੇ ਵੀ ਰੇਸ ਲੱਗੀ ਪਈ ਹੈ, ਉਹ ਇੰਨੇ ਖੁਸ਼ ਸੀ, ਉਹ ਸੋਸ਼ਲ ਮੀਡੀਆ ਸਾਰੇ ਜਣੇ ਮਾਹੀ ਜੀ ਚਲਾਉਂਦੇ ਵੀ ਨਹੀਂ, ਹੈ ਨਾ, ਹਜੇ ਨਾ ਉਹ ਨਾ ਸਨੈਪਚੈਟ ਤੇ, ਮਾਹੀ ਜੀ ਨੇ ਦੱਸਿਆ ਸਨੈਪਚੈਟ ਵੀ ਮੈਂ ਦੇਖੋ ਵੀ ਕਰਿਆ ਕਰੋ ਤੁਸੀਂ ਸਨੈਪਚੈਟ ਚਲਾਉਂਦੇ ਹੋ ਇਦਾਂ, ਚਲੋ ਬਾਕੀ ਤੁਸੀਂ ਦੇਖ ਲੈਣਾ ਅਸੀਂ ਕਾਹਨੂੰ ਸਾਰਾ ਦੱਸਣਾ। ਉਹ ਚ ਬਹੁਤ ਸਾਰੀ ਗੱਲਾਂ ਜਿਵੇਂ ਉਹਨਾਂ ਦੀ ਪਰਸਨਲ ਲਾਈਫ ਦੀਆਂ ਹਲੇ ਨਹੀਂ ਪਤਾ ਲੋਕਾਂ ਨੂੰ, ਹਾਂਜੀ, ਤੇ ਉਹ ਬਹੁਤ ਕੁਝ ਰਿਵੀਲ ਹੋਇਆ ਸ਼ੋਅ ਦੇ ਵਿੱਚ, ਉਹ ਡਿਫਰੈਂਟ ਹੈ। ਸੋ ਮਾਈ ਪਹਿਲਾ ਐਪੀਸੋਡ ਜਿਹੜਾ ਆ ਰਿਹਾ ਉਹਦੇ ਬਾਰੇ ਡਿਟੇਲ ਦੱਸ ਦਿਓ, ਕਿੰਨੇ ਵਜੇ ਕਿਹਦੇ ਨਾਲ ਆ ਰਿਹਾ ਉਹ ਸਾਰੀ। ਮੇਰੇ ਬਹੁਤ ਫੇਵਰੇਟ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਰਣਜੀਤ ਰਾਣਾ ਜੀ, ਮੈਂ ਬਹੁਤ ਗਾਣੇ ਸੁਣੇ ਉਹਨਾਂ ਦੇ, ਅਤੇ ਮੈਨੂੰ ਇਹੀ ਸੀ ਆਪਾਂ ਪਹਿਲਾਂ ਮਨਮੋਹਨ ਦਾਸ ਜੀ ਦਾ ਵੀ ਕਰਨਾ ਸੀ ਪਰ ਉਹਨਾਂ ਦੀ ਡੇਟ ਅਵੇਲੇਬਲ ਨਹੀਂ ਸੀ, ਫਿਰ ਆਪਾਂ ਇਹਨਾਂ ਦਾ ਕੀਤਾ, ਅਤੇ ਬਸ ਆ ਰਿਹਾ ਕੱਲ੍ਹ ਤੋਂ 6 ਤਰੀਕ ਤੋਂ 6 ਵਜੇ ਆਉਣਾ, ਹਰ ਸ਼ਨੀਵਾਰ ਆਉਣਾ, ਤੁਸੀਂ ਦੇਖ ਬਿਲਕੁਲ ਜ਼ਰੂਰ ਦੇਖਾਂਗੇ। ਮੈਂ ਪਹਿਲੇ ਸ਼ੋਅ 'ਤੇ ਮਤਲਬ ਪਹਿਲੀ ਇੰਟਰਵਿਊ 'ਤੇ ਮੈਂ ਬਹੁਤ ਨਰਵਸ ਸੀ, ਇਹਦਾ ਸਭ ਨੂੰ ਪਤਾ, ਇਹ ਸਾਰੇ ਕਹੀ ਜਾਣ ਕਿਉਂ ਇੱਦਾਂ ਕਿਉਂ ਕਰੀ ਜਾਂਦੇ ਹੋ, ਪਰ ਮੈਂ ਉਹੀ ਗੱਲ ਦੱਸੀ ਨਾ ਵੀ ਇੱਧਰ ਵਾਲੀ ਕੁਰਸੀ ਦਾ ਅਤੇ ਉੱਧਰ ਵਾਲੀ ਕੁਰਸੀ ਦਾ ਜ਼ਮੀਨ ਅਸਮਾਨ ਦਾ ਫਰਕ ਹੈ, ਅਤੇ ਇੱਕ ਮੈਂ ਜਦੋਂ ਸੁਣਿਆ ਇੰਨਾ, ਮੈਂ ਹਰ ਰੋਜ਼ ਉਹਨਾਂ ਨੂੰ ਸੁਣ ਸਕਦੀ ਹਾਂ, ਅਤੇ ਉਹ ਫੈਨ ਸਾਰਿਆਂ ਦੀ ਮੈਂ ਫੈਨ ਹੀ ਹਾਂ, ਮੇਰਾ ਮੇਨ ਤੁਹਾਨੂੰ ਮੈਂ ਦੱਸਿਆ ਵੀ ਮੈਂ ਕੀਤਾ ਹੀ ਤਾਂ ਹੈ, ਖਬਰੇ ਮੈਂ ਮਿਲਣਾ ਹੋਵੇ ਜਾਂ ਉਹੀ ਗੱਲਾਂ ਬਾਤਾਂ ਕਰਨੀਆਂ ਹੋਣ, ਮਾਹੀ ਦੀ ਮਹਿਫਲ ਤਾਂ ਇੱਕ ਬਹਾਨਾ ਹੈ, ਹੈ ਨਾ, ਅਤੇ ਉਹਨਾਂ ਨਾਲ ਬੈਠਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ। ਐਜ਼ ਐਨ ਆਰਟਿਸਟ ਕੀ ਐਡ-ਆਨਸ ਮਿਲ ਰਹੇ ਨੇ ਉਹਨਾਂ ਨੂੰ? ਮੈਨੂੰ ਇੱਦਾਂ ਲੱਗ ਰਿਹਾ ਕਿ ਅੱਜ ਦੀ ਦੁਨੀਆ 'ਚ ਅਸੀਂ ਨਾ ਸੰਤੁਸ਼ਟ ਨਹੀਂ ਹੈਗੇ, ਆਹ ਵੀ ਮਿਲ ਜੇ ਉਹ ਵੀ ਮਿਲ ਜੇ, ਮੈਨੂੰ ਉਹਨਾਂ ਤੋਂ ਸੰਤੁਸ਼ਟੀ ਮਿਲੀ ਹੈ ਵੀ ਉਹ ਸੰਤੁਸ਼ਟ ਨੇ, ਕਿੰਨਾ ਵਧੀਆ ਉਹਨਾਂ ਨੇ ਟਾਈਮ ਹੰਢਾਇਆ, ਹੈ ਨਾ, ਅਤੇ ਪਹਿਲੀ ਗੱਲ ਉਹ ਹਾਲੇ ਵੀ ਉੱਦਾਂ ਦੇ ਨੇ ਯੰਗ, ਹਾਲੇ ਵੀ। ਹਰੇਕ ਬੰਦਾ ਹੀ ਚਾਹੁੰਦਾ ਵੀ ਮੈਂ ਅੱਗੇ ਵਧਾਂ, ਕਦੇ ਵੀ ਨੀ ਅਸੀਂ ਸੋਚਦੇ ਵੀ ਅਸੀਂ ਇੱਥੇ ਤੱਕ ਹੀ ਸੀਮਿਤ ਰਹੀਏ, ਤੇ ਬਸ ਮੈਂ ਤਾਂ ਇਹੀ ਸੋਚਦੀ ਹਾਂ ਵੀ ਕੰਮ ਜਿਹੜਾ ਵੀ ਹੋਵੇ ਮੈਂ ਕਰ ਲਵਾਂਗਾ। ਮਾਹੀ ਬਹੁਤ ਸਾਰੇ ਫਨਕਾਰ ਨੇ ਪਿੰਡਾਂ ਦੇ ਵਿੱਚ ਬੈਠੇ ਨੇ ਜਿਹੜੇ ਸਟੈਬਲਿਸ਼ ਨਹੀਂ ਹੈਗੇ, ਜਿਹਨਾਂ ਦੀਆਂ ਟੇਪਾਂ ਵੀ ਨਹੀਂ ਆਈਆਂ, ਅਣਗੌਲੇ ਨੇ, ਬਟ ਉਹ ਆਪਣੇ ਆਪਣੇ ਏਰੀਏ 'ਚ ਬਹੁਤ ਉਹਨਾਂ ਨੇ ਕੁਛ ਦਿੱਤਾ, ਉਹਨਾਂ ਕਲਾਕਾਰਾਂ ਨੂੰ ਵੀ ਇਨਵਾਈਟ ਕਰ ਰਹੇ ਸੀ, ਕੋਈ ਸੂਫੀ ਹੈ, ਕੋਈ ਬਾਬੇ ਨੇ ਜਿਸ ਤਰ੍ਹਾਂ ਪੁਰਾਣੇ, ਕੋਈ ਕਵੀਸ਼ਰੀ ਨੇ ਜਾਂ ਹੋਰ ਤਰ੍ਹਾਂ ਦੇ, ਉਹਨਾਂ ਦੀ ਲਾਈਫ 'ਤੇ ਕੋਈ ਜੀ ਹਾਲੇ ਇੱਦਾਂ ਤਾਂ ਅਸੀਂ ਨਹੀਂ ਮਤਲਬ ਦੇਖੋ ਸੋਚਿਆ ਵੀ ਕਿਹਨਾਂ ਨੂੰ ਸੱਦਣਾ, ਮੈਂ ਫਿਲਹਾਲ ਉਹੀ ਬੁਲਾਏ ਨੇ ਜਾਂ ਬੁਲਾਵਾਂਗੇ ਅੱਗੇ ਜਿਨ੍ਹਾਂ ਨੂੰ ਮੈਂ ਬਹੁਤ ਰੈਗੂਲਰ ਸੁਣਦੀ ਹਾਂ,
ਤੇ ਤੁਹਾਨੂੰ ਪਤਾ ਹੈ ਸਾਰੇ ਆਰਟਿਸਟ ਭਾਵੇਂ ਅੱਜ ਗਾਣੇ ਨਹੀਂ ਕੱਢਦੇ ਜਾਂ ਕੱਢਦੇ ਵੀ ਨੇ, ਮੋਸਟਲੀ ਇਹ ਸਾਰੇ ਫਿਰ ਵੀ ਬਿਜ਼ੀ ਨੇ, ਇਹ ਸਾਰੇ ਫਿਰ ਵੀ ਬਿਜ਼ੀ ਨੇ, ਇੰਨੇ ਸ਼ੋਜ਼ ਨੇ ਇਹਨਾਂ ਦੇ ਕਿ ਸਾਨੂੰ ਬਹੁਤ ਔਖੀਆਂ ਡੇਟਾਂ ਮਿਲੀਆਂ। ਅਤੇ ਅਸੀਂ ਜਦੋਂ ਕਿਸੇ ਦਾ ਇੰਟਰਵਿਊ ਕਰਨਾ ਤਾਂ ਮੈਨੂੰ ਆਪ ਨੂੰ ਪਤਾ ਕਿ ਮੈਂ ਵੀ ਆਰਟਿਸਟ ਹਾਂ, ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਸਕਦੇ ਵੀ ਨਹੀਂ ਤੁਸੀਂ ਆਓ ਆਓ, ਇਹ ਤਾਂ ਚਲੋ ਉਹਨਾਂ ਦਾ ਬੜੱਪਣ ਹੈ, ਉਹ ਫਿਰ ਵੀ ਇੱਕ ਆਵਾਜ਼ 'ਤੇ ਆਏ ਹੈ ਸਾਡੇ ਲਈ, ਹੈ ਨਾ। ਅਤੇ ਬਸ ਬਾਕੀ ਦੇਖਦੇ ਹਾਂ ਕਿ ਕਿਹਦਾ ਕਿਹਦਾ ਕਰਦੇ, ਹਾਲੇ ਤਾਂ ਅਸੀਂ ਆਪ ਨਵੇਂ ਹਾਂ ਜੀ। ਨਹੀਂ ਨਹੀਂ ਇਹ ਸਿਰਫ ਕਲਾਕਾਰ ਸੋਚਿਆ ਸੀ ਥੋੜਾ ਜਿਹਾ ਚੀਜ਼ ਅੱਗੇ ਸੀ ਇਹਨਾਂ ਨਾਲ ਗੱਲ ਕਰਨ ਲੱਗੇ ਕੁਦਰਤੀ ਇਹਨਾਂ ਨੇ ਗੱਲ ਪਹਿਲਾਂ ਕਰ ਲਈ ਤੇ ਫਿਰ ਅਸੀਂ ਉਹਨੂੰ ਪਲੈਟਫਾਰਮ ਦਿੱਤਾ। ਪਰ ਸਾਡੇ ਪੰਜਾਬ 'ਚ ਵੀ ਇੱਦਾਂ ਸ਼ੋਅ ਹੋਣਾ ਚਾਹੀਦਾ, ਤੁਸੀਂ ਕੌਫੀ ਵਿਦ ਕਰਨ ਜਾਓ ਤਾਂ ਵੇਖਦੇ ਸੋਨੇ ਪੰਜਾਬ 'ਚ ਵੀ ਇੱਦਾਂ ਹੋਣਾ। ਫਿਰ ਅਸੀਂ ਕਰਤਾ ਮਾਈ ਦੀ ਮਹਿਫਲ। ਸੁਰਿੰਦਰ ਭਾਜੀ ਕੀ ਲੱਗਿਆ ਜਿਹੜੇ ਇੰਨੇ 7 ਐਪੀਸੋਡ ਕਹਿ ਰਹੇ ਸ਼ੂਟ ਹੋ, ਕਿਹੜੇ ਵਾਲੇ ਆਰਟਿਸਟ ਸੀਗੇ ਜਿਨ੍ਹਾਂ ਦੇ ਸੁਰਕੇ ਬਿੰਦੀ, ਜਿਨ੍ਹਾਂ ਦੇ ਸਵਾਲਾਂ 'ਚ ਜ਼ਿਆਦਾ ਮਿਹਨਤ ਕਰਨੀ ਪਈ? ਨਹੀਂ ਨਹੀਂ ਕਿਸੇ ਵੀ 'ਚ ਵੀ ਨਹੀਂ ਮਿਹਨਤ ਕਰਨੀ ਪਈ, ਆਪਾਂ ਤਾਂ ਮਤਲਬ ਕੋਲ ਬੈਠਦੇ ਸੀਗੇ, ਹੈ ਨਾ, ਇੱਕ ਡੇਢ ਘੰਟਾ ਮਾਹੀ ਜੀ ਨਾਲ ਬੈਠਦੇ ਸੀਗੇ ਅਤੇ ਉਹ ਚੀਜ਼ਾਂ ਬਣ ਜਾਂਦੀਆਂ ਸੀਗੀਆਂ, ਕਿਉਂਕਿ ਇਹਨਾਂ ਮੈਂ ਉਹੀ ਗੱਲਾਂ, ਹੈ ਨਾ, ਕਿ ਸੁਣਿਆ ਹੀ ਬਹੁਤ ਕੁਛ ਹੋਇਆ ਉਹਨਾਂ ਬਾਰੇ, ਲਾਈਫ ਬਾਰੇ ਪਤਾ ਹੀ ਬਹੁਤ ਕੁਛ ਹੈ, ਅਤੇ ਸਿਰਫ ਇਹ ਦੱਸਦੇ ਸੀਗੇ ਕਿ ਇੱਦਾਂ ਦੀ ਕੋਈ ਗੱਲ ਕਰਨੀ ਹੈ ਆਪਾਂ, ਅਤੇ ਉਹ ਮਤਲਬ ਜ਼ਿਆਦਾ ਟਾਈਮ ਨਹੀਂ ਲੱਗਾ ਉਹਨਾਂ ਚੀਜ਼ਾਂ 'ਤੇ। ਅਸੀਂ ਵਾਹੀ ਟ੍ਰੇਲਰ ਟੀਜ਼ਰ ਦੇ ਵਿੱਚ ਦੇਖਿਆ ਅੱਜ ਰਾਤ, ਤੁਸੀਂ ਸ਼ੇਅਰ ਕੀਤਾ ਕਿ ਰਣਜੀਤ ਰਾਣਾ ਜੀ ਕਹਿੰਦੇ ਨੇ ਬੜਾ ਟੇਢਾ ਦਾ ਸਵਾਲ ਹੈ, ਇਹ ਟੇਢਾ ਸਵਾਲ ਤੁਹਾਡੇ ਵੱਲੋਂ ਸੀ ਕਿ ਉਹਨਾਂ ਵੱਲੋਂ ਲਿਖਿਆ ਗਿਆ ਸੀ? ਇਹ ਤਾਂ ਤੁਹਾਨੂੰ ਪਤਾ ਨਾ ਵੀ ਇੰਟਰਵਿਊ ਚਲਾਉਣ ਲਈ ਵਿੱਚ ਰਣਜੀਤ ਰਾਣਾ ਜੀ ਨੇ ਕਿਹਾ ਕਹਿ ਦਿਆ, ਜ਼ਿਆਦਾ ਪਤਾ ਤੁਹਾਡੇ ਵਿੱਚੋਂ ਕੁਛ ਵੀ ਨਾ ਨਿਕਲੇ। ਇਹ ਬਸ ਉਹੀ ਤਰੀਕੇ ਨਾਲ ਅਸੀਂ ਤੁਹਾਡਾ ਪ੍ਰੈਜ਼ੈਂਟ ਕੀਤਾ। ਮੀਨ ਜਦੋਂ ਆਪਾਂ ਕਦੇ ਤੁਹਾਡਾ ਇੰਟਰਵਿਊ ਕਰਾਂਗੇ ਤੁਹਾਡੇ ਚੇਂਜ ਆਊਗਾ ਕੁਛ ਵੀ ਨਹੀਂ ਆ ਤਾਂ ਹਮੇਸ਼ਾ ਇਸ ਤਰੀਕੇ ਨਾਲ ਲੈਣੀ? ਨਹੀਂ ਨਹੀਂ ਮੈਂ ਦੇਖੋ ਮੈਂ ਕਦੇ ਵੀ ਨਹੀਂ ਚੇਂਜ ਕਰ ਸਕਦੀ ਆਪਣੇ ਆਪ ਨੂੰ, ਮੈਂ ਇੱਦਾਂ ਹੀ ਰਹਿ ਸਕਦੀ ਹਾਂ, ਭਾਵੇਂ ਮੈਂ ਅੱਜ ਇੱਥੇ ਹਾਂ ਕੱਲ ਨੂੰ ਮੈਂ ਹੋਰ ਪਤਾ ਨਹੀਂ ਕਿੱਥੇ, ਮੈਂ ਇੱਦਾਂ ਹੀ ਬੋਲਣਾ, ਮੈਂ ਨਹੀਂ ਚੇਂਜ ਕਰ ਸਕਦੀ ਆਪਣੇ ਆਪ। ਇੰਟਰਵਿਊ ਚੱਲਦੇ 'ਚ ਵੀ ਨਾ ਅਸੀਂ ਕਈ ਵਾਰ ਜਿਵੇਂ ਸਕ੍ਰਿਪਟ ਫੜ ਕੇ ਬੈਠੇ ਸੁਰਿੰਦਰ ਭਾਜੀ ਹੋਰ ਮੈਂ, ਤੇ ਪਹਿਲਾ ਕੁਐਸਚਨ ਮਾਹੀ ਨੇ ਪੁੱਛਣਾ ਤੇ ਪੌਣਾ ਘੰਟਾ ਐਵੇਂ ਨਿਕਲ ਜਿਹੜਾ ਸੈਕਿੰਡ ਕੁਐਸਚਨ ਹੀ ਨਹੀਂ ਆਉਂਦਾ ਸੀ ਆਪਾਂ ਇਸ਼ਾਰਾ ਵੀ ਕਰਦਾ ਮਾਹੀ ਜੀ ਬਾਕੀ ਇਹ ਜ਼ਰੂਰ ਹੈ ਕਿ ਉਹ ਬਹੁਤ ਜ਼ਿਆਦਾ ਹੰਬਲ ਸੀਗੇ, ਏਕਾ ਸੀਗਾ ਪਹਿਲਾਂ, ਅਤੇ ਦੂਜੀ ਗੱਲ ਇਹ ਕਿ ਪਹਿਲਾਂ ਨਾ ਸਟ੍ਰੈਸ ਨਹੀਂ ਸੀ ਨਾ ਗੱਡੀਆਂ ਦਾ ਵੱਡੀਆਂ ਦਾ ਨਾ ਬਾਊਂਸਰਾਂ ਦਾ ਅਤੇ ਨਾ ਹੀ ਇੱਦਾਂ ਵੀ ਆਹ ਜਿੱਦਾਂ ਹੁਣ ਆਹ ਚੀਜ਼ਾਂ ਅਸੀਂ ਕਰ ਰਹੇ ਹਾਂ ਇਹ ਕਿੱਥੇ ਹੁੰਦੀਆਂ ਸੀ ਪਹਿਲਾਂ, ਇਹ ਹੁੰਦੀਆਂ ਸੀ, ਇਹ ਅੱਜ ਲੋੜ ਹੈ, ਅਸੀਂ ਇੱਕ ਦੂਜੇ ਵੱਲ ਦੇਖ ਦੇਖ ਕੇ ਇੱਦਾਂ ਅੱਜ ਮਤਲਬ ਸੋਸ਼ਲ ਮੀਡੀਆ ਦੇ ਜ਼ਮਾਨੇ ਨੂੰ ਕਹਿ ਲਓ, ਅਤੇ ਉੱਧਰ ਕਹਿੰਦੇ ਸੀ ਵੀ ਕੇਸਟ ਕਰਦੇ ਅਤੇ ਉਹੀ ਵਿਕੀ ਜਾਣੀ, ਕੁਛ ਐਡ ਲਾਉਣ ਦੀ ਲੋੜ ਨਹੀਂ, ਆਹ ਚੀਜ਼ਾਂ ਦਾ ਬਸ ਥੋੜ੍ਹਾ ਫਰਕ ਸੀਗਾ। ਅਤੇ ਦੇਖ ਲਓ ਅੱਜ ਵੀ ਅਸੀਂ ਸੁਣਦੇ ਹਾਂ ਉਹਨਾਂ ਨੂੰ, ਮਤਲਬ ਮੈਂ ਸੁਣਦੀ ਹਾਂ, ਮੈਨੂੰ ਤੁਹਾਡਾ ਨਹੀਂ ਪਤਾ ਜਿਹੜਾ ਤੁਹਾਡਾ ਆਪਣਾ ਲਹਿਜ਼ਾ ਹੈ ਨਾ ਸ਼ੈਰੀ ਸ਼ੈਰੀ ਦਾ ਰੋਕ
ਹਾਂਜੀ ਹਾਂਜੀ ਮੈਂ ਤਾਂ ਪਾ ਹੀ ਨਹੀਂ ਸਕਦੀ ਜੀ, ਮੈਨੂੰ ਤਾਂ ਸੂਟ ਹੀ ਪਾਉਣੇ ਪੈਂਦੇ ਆ, ਮੈਨੂੰ ਜੱਜ ਦੇ ਹੀ ਸੂਟ ਹੈ। ਹਾਂਜੀ ਇਹ ਮੈਂ ਆਪ ਹੀ, ਇਹ ਕਿਸੇ ਨੇ ਨਹੀਂ, ਇਹ ਤਾਂ ਮੇਰਾ ਮੈਨੇਜਰ ਮੈਨੂੰ ਗਾਲਾਂ ਕੱਢਦਾ ਸੀ, ਕਹਿੰਦਾ ਰਹਿਣ ਦਿਓ ਪੰਜਾਬੀ ਸ਼ੋਅ ਹੈ, ਵੀ ਕਾਹਨੂੰ ਤੁਸੀਂ ਪੁੱਠੇ ਪੰਗੇ ਲੈਂਦੇ ਹੋ, ਮੈਂ ਤੂੰ ਚੁੱਪ ਕਰ ਜਾ। ਹਾਂ ਨਹੀਂ ਬੇਬਾਕੀ ਉੱਥੇ ਨਹੀਂ ਕਰ ਸਕਦੇ, ਉਹ ਸੀਨੀਅਰ ਨੇ ਨਾ, ਡਰ ਲੱਗਦਾ ਉੱਧਰ ਗੱਲ ਕਰਨ ਨੂੰ। ਹਾਂਜੀ ਇੱਦਾਂ ਹੈਗਾ ਵਿੱਚ ਵਿੱਚ ਕਿਤੇ ਕਿਤੇ, ਜਦੋਂ ਖੁੱਲ ਜਾਂਦੇ ਨਾ ਫਿਰ ਮੈਂ ਆ ਜਾਂਦੀ ਆਪਣੀ ਟੋਨ ਤੇ। ਮਾਹੀ ਜੀ ਕਰੈਕਟ ਕਰਦੇ ਨੇ ਕਿ ਉਹੀ ਸਕੇਲ ਚ ਗਾਓ ਜਿਸ ਚ ਤੁਸੀਂ ਗਾਣਾ ਰਿਲੀਜ਼ ਕੀਤਾ ਸੀ, ਆਹ ਲਿਰਿਕਸ ਨੇ ਤੁਹਾਡੇ। ਉਹ ਕਹਿੰਦੇ ਵੀ ਤੂੰ ਮੈਨੂੰ ਇੰਨਾ ਸੁਣਿਆ ਕਿ ਮੈਂ ਬਲੈਸਡ ਆ, ਵੀ ਤੂੰ ਮੈਨੂੰ ਇੰਨਾ ਸੁਣਿਆ। ਹਰੇਕ ਵਾਰੀ ਹਰੇਕ ਸਿੰਗਰ ਨਾਲ ਹੀ ਇੱਦਾਂ ਹੋਇਆ। ਮੈਂ ਕਿ ਨਹੀਂ ਸਰ, ਇੱਥੇ ਆ ਲਾਈਨ ਸੀ, ਇਹਨੂੰ ਇਦਾਂ ਗਾਓ। ਅੱਛਾ ਮੈਂ, ਮੇਰਾ ਲਾਸਟ ਸਵਾਲ ਹੈ, ਇੰਟਰਵਿਊ ਕਰਨ ਤੋਂ ਪਹਿਲਾਂ ਤੁਹਾਡੀ ਰਿਸਰਚ ਕਿਉਂ ਜੀ ਹੁੰਦੀ ਹੈ, ਉਹਨਾਂ ਬਾਰੇ ਤੁਸੀਂ ਕਿੰਨੋਂ ਦੇ ਗਾਣੇ ਸੁਣਦੇ ਹੋ ਜਾਂ ਕੀ ਉਹਨਾਂ ਬਾਰੇ ਰਿਸਰਚ ਕਰਦੇ? ਨਹੀਂ ਮੈਂ ਤਾਂ ਸੁਣੀ ਹੀ ਹੋਈ ਹੈ ਜੀ, ਮੈਂ ਤਾਂ ਸਾਰੇ ਗਾਣੇ ਸੁਣੇ ਹੋਏ, ਮੈਨੂੰ ਤੁਸੀਂ ਜਿਹਦਾ ਮਰਜ਼ੀ ਗਾਣਾ ਪੁੱਛ ਲਓ, ਮੈਨੂੰ ਯਾਦ। ਸਾਰੇ ਤੁਸੀਂ ਪੁਰਾਣੇ? ਹਾਂ ਮੈਂ ਸਾਰੇ ਗਾਣੇ, ਮੈਂ ਸੁਣਦੀ ਹੀ ਨਹੀਂ ਅੱਜ ਦੇ ਗਾਣੇ, ਸੋਰੀ, ਪਰ ਮੇਰਾ ਆਪਦਾ, ਮੈਂ ਆਪਣੇ ਵੀ ਬਹੁਤ ਘੱਟ ਸੁਣਦੀ ਹਾਂ ਸੱਚੀ, ਐਵੇਂ ਕਿਉਂ, ਉਹ ਤਾਂ ਚਲੋ ਮੇਰੀ ਜੌਬ ਹੈ ਸੁਣਨੇ, ਪਰ ਆਪਣਾ ਕੋਈ ਗਾਣਾ ਕਿੰਨੀ ਦੇਰ ਸੁਣ ਸਕਦਾ? ਤੁਸੀਂ ਉਹਨੂੰ ਹੀ ਸੁਣ ਸਕਦੇ ਹੋ ਜਿਹਨੂੰ ਸੁਣ ਕੇ ਤੁਹਾਨੂੰ ਸਕੂਨ ਮਿਲਦਾ, ਮੈਨੂੰ ਸਕੂਨ ਮਿਲਦਾ। ਹਾਂ ਤੁਸੀਂ ਫਿਰ ਕੁਛ ਤਾਂ ਕਲੇਸ਼ ਪਾਓਗੇ, ਪਾ ਦਿਓ ਪਾ ਦਿਓ। ਹਾਂ ਚੋਰੀ ਚੋਰੀ ਨੀ ਮੈਂ ਸੁਣਦੀ, ਮੈਂ ਸ਼ਰੇਆਮ ਸ਼ਰੇਆਮ ਸੁਣਦੀ ਹਾਂ ਮੈਂ। ਕਿਆ ਬਤਾ ਸਰ, ਥੈਂਕ ਯੂ ਸੋ ਮਚ। ਸੋ ਉਮੀਦ ਹੈ ਕੱਲ ਨੂੰ ਸਾਰੇ YouTube ਤੇ ਜਾ ਕੇ ਦੇਖਾਂਗੇ, ਫਸਟ ਵਿਊ ਮੇਰਾ ਹੋਊਗਾ। ਇਹਨਾਂ ਨੂੰ ਪਤਾ ਨਾ ਨਾਮ ਨੀ ਆਉਂਦਾ ਵਿਊ ਥੱਲੇ, ਤਾਂ ਹੀ ਕਹਿਤਾ। ਦੇਖੋ ਜਿਹੜੇ ਜਿਹੜੇ ਤੁਹਾਡੇ ਚੋਂ ਦੇਖਣਗੇ ਥੱਲੇ ਕਮੈਂਟ ਕਰਨਾ ਹੈਸ਼ਟੈਗ ਮਾਹੀ ਦੀ ਮਿਹਰ, ਠੀਕ ਹੈ ਵੀ ਅਸੀਂ ਦੇਖ ਲਿਆ। ਬਸ ਆਡੀਅੰਸ ਨੂੰ ਇਹੀ ਕਵਾਂਗੀ ਮੈਂ, ਵੈਸੇ ਮੈਂ ਹਮੇਸ਼ਾ ਹੀ ਪੋਜ਼ਿਟਿਵ ਰਹਿੰਦੀ ਹਾਂ ਆਪਣੇ ਕੰਮ ਨੂੰ ਲੈ ਕੇ, ਪਰ ਤੁਹਾਨੂੰ ਪਤਾ ਜਦੋਂ ਕੋਈ ਬੰਦਾ ਸ਼ੁਰੂਆਤ ਕਰਦਾ ਕਿਸੇ ਚੀਜ਼ ਨੂੰ ਲੈ ਕੇ ਤਾਂ ਨੈਗੇਟਿਵ ਲੋਕ ਵੀ ਹੁੰਦੇ ਆ ਜਿਹੜੇ ਕਹਿੰਦੇ ਵੀ ਨਹੀਂ ਜਾਂ ਇੱਦਾਂ। ਮੈਨੂੰ ਡਰ ਤਾਂ ਨਹੀਂ ਹੈ ਕਿਉਂਕਿ ਜਦੋਂ ਤੁਸੀਂ ਖੁਦਾ 'ਤੇ ਭਰੋਸਾ ਕੀਤਾ ਹੁੰਦਾ ਤਾਂ ਹਰੇਕ ਚੀਜ਼ ਮੁਕੰਮਲ ਕਰ ਲੈਂਦੇ ਹੋ ਤੁਸੀਂ। ਤਾਂ ਮੈਨੂੰ ਇੱਦਾਂ ਵੀ ਮੈਂ, ਮੇਰਾ ਥੋੜ੍ਹਾ ਥੀਮ ਪੁਰਾਣਾ ਹੈ, ਪਤਾ ਨਹੀਂ ਪਸੰਦ ਆਏਗਾ ਲੋਕਾਂ ਨੂੰ ਕਿ ਨਹੀਂ ਆਏਗਾ, ਬਸ ਇੰਨੀ ਕੁ ਜਿੰਨੀ ਨਰਵਸਨੈਸ ਹੈ। ਪਲੀਜ਼ ਤੁਸੀਂ ਇੱਕ ਵਾਰ ਜ਼ਰੂਰ ਦੇਖਿਓ, ਨਾ ਚੰਗਾ ਲੱਗੇ ਕੋਈ ਚੱਕਰ ਨਹੀਂ,
ਪਰ ਇੱਕ ਵਾਰ ਜ਼ਰੂਰ ਦੇਖਿਓ ਵੀ ਮਤਲਬ ਵਧੀਆ ਗੱਲਾਂ ਨੇ ਉਹਨਾਂ ਦੇ ਹਿਸਾਬ ਨਾਲ, ਉਹਨਾਂ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੀ। ਹਫ਼ਤੇ ਦੇ ਛੇਵੇਂ ਦਿਨ, ਹਫ਼ਤੇ ਦੇ ਛੇਵੇਂ ਦਿਨ ਤਿੰਨ ਸਿੱਕੇ।